ਸੁਲਤਾਨਪੁਰ ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 14 ਸਾਲ ਬਿਤਾਏ। ਇੱਥੇ ਆਪ ਨਵਾਬ ਦੌਲਤ ਖਾਂ ਦਾ ਮੋਦੀਖਾਨਾ ਸੰਭਾਲਦੇ ਸਨ। ਲੋਕਾਂ ਨੇ ਗੁਰੂ ਜੀ ਨੂੰ ਅਕਸਰ ਕਹਿੰਦੇ ਸੁਣਿਆ ਸੀ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਇੱਕ ਦਿਨ ਨਵਾਬ ਦੌਲਤ ਖਾਂ ਅਤੇ ਸ਼ਹਿਰ ਦੇ ਕਾਜ਼ੀ ਨੇ ਗੁਰੂ ਜੀ ਨੂੰ ਕਿਹਾ, ਜੇ ਤੁਹਾਨੂੰ ਲੱਗਦਾ ਹੈ ਕਿ ਹਿੰਦੂ ਤੇ ਮੁਸਲਮਾਨ ਵਿੱਚ ਕੋਈ ਫਰਕ ਨਹੀਂ ਤੇ ਸਾਰੇ ਇੱਕ ਖੁਦਾ ਦੇ ਬੰਦੇ ਹਨ, ਤਾਂ ਫਿਰ ਚੱਲੋ ਸਾਡੇ ਨਾਲ ਤੇ ਮਸਜਿਦ ਵਿੱਚ ਨਮਾਜ਼ ਅਦਾ ਕਰੀਏ। ਤਾਂ ਗੁਰੂ ਜੀ ਨੇ ਉਹਨਾਂ ਨਾਲ ਚੱਲਣ ਲਈ ਹਾਮੀ ਭਰ ਦਿੱਤੀ ਤੇ ਕਿਹਾ, ਮੈਂ ਤੁਹਾਡੇ ਨਾਲ ਤਾਂ ਚੱਲਾਂਗਾ ਪਰ ਮੇਰੀ ਇੱਕ ਸ਼ਰਤ ਹੈ। ਗੁਰੂ ਜੀ ਨੇ ਕਿਹਾ ਕਿ ਮੈਂ ਨਮਾਜ਼ ਤਾਂ ਪੜ੍ਹਾਂਗਾ ਪਰ ਤੁਹਾਨੂੰ ਵੀ ਮੇਰੇ ਨਾਲ ਨਮਾਜ਼ ਪੜ੍ਹਨੀ ਪਵੇਗੀ। ਨਵਾਬ ਦੌਲਤ ਖਾਂ ਅਤੇ ਕਾਜ਼ੀ ਨੇ ਗੁਰੂ ਜੀ ਦੀ ਇਹ ਸ਼ਰਤ ਮੰਨ ਲਈ। ਗੁਰੂ ਨਾਨਕ ਨਵਾਬ ਅਤੇ ਕਾਜ਼ੀ ਨਾਲ ਮਸਜਿਦ ਵਿੱਚ ਪਹੁੰਚੇ। ਨਵਾਬ ਅਤੇ ਕਾਜ਼ੀ ਨਮਾਜ਼ ਅਦਾ ਕਰਨ ਲੱਗੇ ਪਰ ਗੁਰੂ ਜੀ ਇੱਕ ਪਾਸੇ ਹੀ ਖੜੇ ਰਹੇ, ਉਹਨਾਂ ਨੇ ਨਮਾਜ਼ ਨਹੀਂ ਪੜ੍ਹੀ। ਨਵਾਬ ਸਾਹਿਬ ਨੇ ਪੁੱਛਿਆ ਕਿ ਨਾਨਕ, ਤੂੰ ਨਮਾਜ਼ ਕਿਉਂ ਨਹੀਂ ਪੜ੍ਹੀ? ਤੁਹਾਡੀ ਸ਼ਰਤ ਦੇ ਮੁਤਾਬਕ ਅਸੀਂ ਤਾਂ ਨਮਾਜ਼ ਪੜ੍ਹੀ ਪਰ ਤੁਸੀਂ ਦੂਰ ਹੀ ਖੜੇ ਰਹੇ। ਤਾਂ ਗੁਰੂ ਨਾਨਕ ਨੇ ਕਿਹਾ, ਨਵਾਬ ਸਾਹਿਬ, ਤੁਸੀਂ ਨਮਾਜ਼ ਕਿੱਥੇ ਪੜ੍ਹੀ ਹੈ? ਤੁਸੀਂ ਤਾਂ ਕਾਬੁਲ ਵਿੱਚ ਘੋੜਿਆਂ ਦੀ ਖਰੀਦਦਾਰੀ ਕਰ ਰਹੇ ਸੀ ਤੇ ਇਸੇ ਤਰ੍ਹਾਂ ਕਾਜ਼ੀ ਦਾ ਮਨ ਵੀ ਨਮਾਜ਼ ਪੜ੍ਹਨ ਦੀ ਥਾਂ ਉਹਨਾਂ ਦੇ ਘਰ ਜਨਮੇ ਬਸ਼ੇਰੇ ਦੀ ਦੇਖਰੇਖ ਵਿੱਚ ਲੱਗਿਆ ਹੋਇਆ ਸੀ। ਗੁਰੂ ਜੀ ਦੀ ਗੱਲ ਸੁਣ ਕੇ ਦੋਵੇਂ ਬਹੁਤ ਸ਼ਰਮਿੰਦਾ ਹੋਏ। ਗੁਰੂ ਜੀ ਨੇ ਕਿਹਾ, ਸੱਚੀ ਨਮਾਜ਼ ਤਾਂ ਉਹ ਹੈ ਜੋ ਮਨ ਨੂੰ ਇਕਾਗਰ ਕਰਕੇ ਪੜ੍ਹੀ ਜਾਵੇ। ਬਿਨਾਂ ਮਨ ਤੋਂ ਪੜ੍ਹੀ ਗਈ ਨਮਾਜ਼ ਆਪਣੇ ਨਾਲ ਤੇ ਉਸ ਅੱਲਾ ਨਾਲ ਧੋਖਾ ਹੈ।